ਘਰ ਦੇ ਵਿੱਚ ਇੱਕ ਵਿਅਕਤੀ ਦਾਖਲ ਹੁੰਦਾ ਹੈ ਅਤੇ ਜਾ ਕੇ ਗੁਰੂ ਸਾਹਿਬ ਦੇ ਅੰਗ ਵੱਖੋ ਵੱਖਰੇ ਕਰ ਦਿੰਦਾ ਹੈ ਅਤੇ ਜਿਸ ਤੋਂ ਬਾਅਦ ਉਹਦਾ ਇੰਨਾ ਕੁ ਕਟਾਪਾ ਕੀਤਾ ਜਾਂਦਾ, ਪੁਲਿਸ ਵੀ ਬੇਬਸ ਹੋ ਜਾਂਦੀ ਹੈ। ਇਸ ਮਾਮਲੇ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਬਿਆਨ ਵੀ ਚਰਚਾ ਦੇ ਵਿੱਚ ਆ। ਉਹ ਕਹਿੰਦੇ ਨੇ ਕਿ ਇਸ ਵਿਅਕਤੀ ਦੇ ਜਿਹਦੀ ਜਾਨ ਗਈ ਹੈ, ਜਿਹਨੇ ਬੇਅਦਬੀ ਕੀਤੀ ਹੈ, ਪਰਿਵਾਰ ਦੇ ਨਾਲ ਕੋਈ ਸਾਂਝ ਨਾ ਰੱਖੀ ਜਾਵੇ, ਕੋਈ ਵੀ ਗੁਰੂ ਘਰ ਅੰਤਮ ਰਸਮਾਂ ਦੇ ਵਿੱਚ ਸਾਥ ਨਾ ਦੇਵੇ। ਹੁਣ ਤੱਕ ਭਾਵੇਂ ਕਪੂਰਥਲਾ ਜ਼ਿਲ੍ਹੇ ਦੀ ਘਟਨਾ ਸੀ, ਦਰਬਾਰ ਸਾਹਿਬ ਦੀ ਘਟਨਾ ਸੀ, ਮਰਿੰਡੇ ਕੋਲ ਘਟਨਾ ਵਾਪਰੀ, ਇਹ ਘਟਨਾ ਵਾਪਰੀ ਹੈ, ਇਹ ਬੰਦਿਆਂ ਨੂੰ ਮਾਰ ਕਿਉਂ ਦਿੱਤਾ ਜਾਂਦਾ ਹੈ? ਇਹਦੇ ਪਿੱਛੇ ਮਾਨਸਿਕਤਾ ਕੀ ਹੈ? ਕਰਾਉਣ ਵਾਲਾ ਕੌਣ ਹੈ? ਉੱਥੇ ਤੱਕ ਤਾਂ ਅੱਜ ਗਏ ਨਹੀਂ। ਮਾਰਤਾ ਮੁੰਡਾ, ਮੁੱਦਾ ਖਤਮ ਹੋ ਗਿਆ, ਉਹ ਤਾਂ ਪੁੱਛਿਆ ਤਾਂ ਜਾਂਦਾ। ਕੋਈ ਬੰਦਾ ਕਿਹਾ ਜਾ ਵੀ ਹੋਵੇ ਕਿਸੇ ਧਰਮ 'ਚ ਜਾ ਕੇ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ। ਡਾਕਟਰ ਸਾਹਿਬ, ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਅਤੇ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਮਾਨਸਿਕ ਰੋਗੀ ਸੀਗਾ ਉਹ ਵਿਅਕਤੀ, ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਸੀ। ਪਰ ਸਵਾਲ ਇਹ ਵੀ ਹੈ ਕਿ ਦਿਮਾਗੀ ਤੌਰ 'ਤੇ ਪਰੇਸ਼ਾਨ ਗੁਰੂ ਘਰ ਦੇ ਵਿੱਚ ਹੀ ਕਿਉਂ ਜਾਂਦੇ ਨੇ, ਹੋਰਾਂ ਥਾਵਾਂ ਦੇ ਉੱਤੇ ਕਿਉਂ ਨਹੀਂ ਜਾਂਦੇ? ਜਾਂ ਫਿਰ ਜੇ ਦਿਮਾਗੀ ਪਰੇਸ਼ਾਨ ਆ ਤਾਂ ਉਹਨੂੰ ਤੁਸੀਂ ਘਰ ਬਿਠਾ ਕੇ ਰੱਖੋ। ਤਾਂ ਅਜਿਹੀ ਇੱਕ ਘਟਨਾ ਵਾਪਰੀ ਹੈ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੇ ਵਿੱਚ, ਜਿੱਥੇ ਗੁਰੂ ਘਰ ਦੇ ਵਿੱਚ ਇੱਕ ਵਿਅਕਤੀ ਦਾਖਲ ਹੁੰਦਾ ਹੈ ਅਤੇ ਜਾ ਕੇ ਗੁਰੂ ਸਾਹਿਬ ਦੇ ਅੰਗ ਵੱਖੋ ਵੱਖਰੇ ਕਰ ਦਿੰਦਾ ਹੈ ਅਤੇ ਜਿਸ ਤੋਂ ਬਾਅਦ ਉਹਦਾ ਇੰਨਾ ਕੁ ਕਟਾਪਾ ਕੀਤਾ ਜਾਂਦਾ, ਪੁਲਿਸ ਵੀ ਬੇਬਸ ਹੋ ਜਾਂਦੀ ਹੈ। ਅਤੇ ਜਿਹੜੀਆਂ ਤਸਵੀਰਾਂ, ਵੀਡੀਓਜ਼ ਆ ਰਹੀਆਂ ਨੇ ਉਹ ਆਮ ਲੋਕਾਂ ਦੇ ਜਿਹੜੇ ਕਮਜ਼ੋਰ ਦਿਲ ਦੇ ਨੇ ਉਹ ਦੇਖਣ ਵਾਲੀਆਂ ਨਹੀਂ ਹੈਗੀਆਂ, ਜਿਸ ਤਰ੍ਹਾਂ ਦੇ ਵਾਰ ਉਹਦੇ 'ਤੇ ਕੀਤੇ ਜਾ ਰਹੇ ਨੇ ਅਤੇ ਇੱਕ ਜਿਹੜੇ ਖਾਸ ਵਾਰ ਉਸ ਵੀਡੀਓ ਦੇ ਮੁਤਾਬਕ ਕਰ ਰਿਹਾ ਹੈ, ਮੂੰਹ ਦੇ ਉੱਤੇ ਵਾਰ ਕੀਤੇ ਜਾ ਰਹੇ ਨੇ, ਉਹ ਕਰ ਰਿਹਾ ਕੋਈ ਨੌਜਵਾਨ ਆ ਜਿਹਨੇ ਦਾੜੀ ਮੁੱਛਾਂ ਕਤਰਾਈਆਂ ਹੋਈਆਂ ਨੇ, ਸਿਰ ਦੇ ਉੱਤੇ ਪੱਗ ਵੀ ਹੈ ਨਹੀਂ, ਬਸ ਵੈਸੀ ਉਹ ਬੁਰੇ ਤਰ੍ਹਾਂ ਉਹਦੇ ਉੱਤੇ ਹਮਲਾ ਕਰ ਰਿਹਾ, ਜਿਵੇਂ ਕੋਈ ਨਿੱਜੀ ਰੰਜਿਸ਼ ਕੱਢਣੀ ਹੋਵੇ। ਤਾਂ ਕੁੱਲ ਮਿਲਾ ਕੇ ਇਸ ਮਾਮਲੇ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਬਿਆਨ ਵੀ ਚਰਚਾ ਦੇ ਵਿੱਚ ਆ, ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਵੀ ਹੈ। ਉਹ ਕਹਿੰਦੇ ਨੇ ਕਿ ਇਸ ਵਿਅਕਤੀ ਦੇ ਜਿਹਦੀ ਜਾਨ ਗਈ ਹੈ, ਜਿਹਨੇ ਬੇਅਦਬੀ ਕੀਤੀ ਹੈ, ਪਰਿਵਾਰ ਦੇ ਨਾਲ ਕੋਈ ਸਾਂਝ ਨਾ ਰੱਖੀ ਜਾਵੇ, ਕੋਈ ਵੀ ਗੁਰੂ ਘਰ ਅੰਤਮ ਰਸਮਾਂ ਦੇ ਵਿੱਚ ਸਾਥ ਨਾ ਦੇਵੇ। ਅਤੇ ਇਸ ਤੋਂ ਇਲਾਵਾ ਕਹਿੰਦੇ ਜਦੋਂ ਸਰਕਾਰਾਂ ਦੇ ਕਾਨੂੰਨ ਫੇਲ ਹੋ ਜਾਂਦੇ ਨੇ, ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਤਾਂ ਉਦੋਂ ਫਿਰ ਲੋਕਾਂ ਨੂੰ ਅਜਿਹੇ ਕਦਮ ਚੁੱਕਣੇ ਪੈਂਦੇ ਨੇ। ਚਲੋ, ਜੱਦਰ ਸਾਹਿਬ ਵਾਲੀ ਤਾਂ ਗੱਲ ਆਪਾਂ ਬਾਅਦ 'ਚ ਕਰਦੇ ਹਾਂ। ਪਹਿਲਾਂ ਤਾਂ ਇੱਕ ਜੇ ਘਟਨਾਕ੍ਰਮ ਵਾਪਰਿਆ, ਵਾਪਰਿਆ ਕਿਉਂ? ਹੁਣ ਤੱਕ ਭਾਵੇਂ ਕਪੂਰਥਲਾ ਜ਼ਿਲ੍ਹੇ ਦੀ ਘਟਨਾ ਸੀ, ਦਰਬਾਰ ਸਾਹਿਬ ਦੀ ਘਟਨਾ ਸੀ, ਮਰਿੰਡੇ ਕੋਲ ਘਟਨਾ ਵਾਪਰੀ, ਇਹ ਘਟਨਾ ਵਾਪਰੀ ਹੈ, ਇਹ ਬੰਦਿਆਂ ਨੂੰ ਮਾਰ ਕਿਉਂ ਦਿੱਤਾ ਜਾਂਦਾ ਹੈ? ਇਹ ਕਿਉਂ ਨੂੰ ਪੁੱਛਿਆ ਜਾਂਦਾ? ਇਹਦੇ ਪਿੱਛੇ ਮਾਨਸਿਕਤਾ ਕੀ ਹੈ? ਕਰਾਉਣ ਵਾਲਾ ਕੌਣ ਹੈ? ਉੱਥੇ ਤੱਕ ਤਾਂ ਅੱਜ ਗਏ ਨਹੀਂ। ਮਾਰਤਾ ਮੁੰਡਾ, ਮੁੱਦਾ ਖਤਮ ਹੋ ਗਿਆ, ਉਹ ਤਾਂ ਪੁੱਛਿਆ ਤਾਂ ਜਾਂਦਾ। ਕੋਈ ਬੰਦਾ ਕਿਹਾ ਜਾ ਵੀ ਹੋਵੇ ਕਿਸੇ ਧਰਮ 'ਚ ਜਾ ਕੇ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ, ਆਮ ਸਧਾਰਨ ਵਿਅਕਤੀ। ਇਹਦਾ ਮਤਲਬ ਪੰਜਾਬ ਦੇ ਵਿੱਚ ਕੋਈ ਨਾ ਕੋਈ ਸ਼ਕਤੀ ਅਜੇ ਵੀ ਸਰਗਰਮ ਹੈ, ਜਿਹੜੀ ਇੱਥੇ ਲਾਂਬੂ ਲਾਉਣ ਨੂੰ ਤਿਆਰ ਹੈ, ਭਾਈਚਾਰਕ ਸਾਂਝ ਖਤਮ ਕਰਦੀ। ਕਿਉਂਕਿ ਮਰੇ ਭਾਵੇਂ ਜੀਏ, ਸੁਥਰਾ ਘੋਲ ਪਤਾਸੇ ਪੀਓ, ਉਹਨਾਂ ਨੇ ਕੀ ਲੈਣਾ ਕਿ ਪੰਜਾਬ ਸ਼ਾਂਤ ਰਹੇ? ਉਹਨਾਂ ਨੂੰ ਤਾਂ ਸਾਰੇ ਹਿੰਦੁਸਤਾਨ ਦੀਆਂ ਵੋਟਾਂ ਦੀ ਲੋੜ ਹੈ, ਇਹ ਬਹੁਤ ਵੱਡਾ। ਦੂਸਰੀ ਗੱਲ ਜਿਹੜੀ ਜੱਦਾਰ ਸਾਹਿਬ ਨੇ ਇੱਕ ਕਹੀ ਹੈ,
ਕਿ ਜਦੋਂ ਕਾਨੂੰਨ ਫੇਲ ਹੋ ਜਾਵੇ ਤੇ ਫਿਰ ਉਦੋਂ ਆਪਣੇ ਹੱਥ 'ਚ ਲੈ ਲੈਂਦੇ ਨੇ ਲੋਕ। ਇਹ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਸੀ ਨਾ, ਉਦੋਂ ਜਦੋਂ ਬਹੁਤ ਵੱਡਾ ਜ਼ੁਲਮ ਹੋ ਜਾਵੇ ਉਦੋਂ ਤਲਵਾਰ ਵੀ ਉਠਾਉਣੀ ਜਾਇਜ਼ ਹੈ। ਉਹਨਾਂ ਨੇ ਤਾਂ ਫਾਰਸੀ ਭਾਸ਼ਾ ਦੇ ਵਿੱਚ ਕਿਹਾ ਸੀ। ਅਤੇ ਦੂਜੀ ਗੱਲ, ਇਹ ਗੱਲ ਨਾਲ ਮੈਂ ਉਹਨਾਂ ਦੀ ਨਾਲ ਸਹਿਮਤ ਹੈ। ਤੀਸਰਾ, ਉਹ ਕਹਿੰਦੇ ਵੀ ਇਹਦਾ ਤੁਸੀਂ ਬਾਈਕਾਟ ਕਰ ਦਿਓ ਇਸ ਪਰਿਵਾਰ ਦਾ। ਭਲਾ ਜੱਦਾਰ ਸਾਹਿਬ ਦੱਸਿਓ, ਤੁਸੀਂ 78 'ਚ ਹੁਕਮਨਾਮਾ ਕੀਤਾ ਕਿ ਨਿਰੰਕਾਰੀਆਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਦਿੱਤੀ, ਅਤੇ 78 ਦੇ ਵਿੱਚ ਤੁਹਾਡਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਰੰਕਾਰੀਆਂ ਦੇ ਪਟਿਆਲੇ ਜਾ ਪਹੁੰਚਿਆ। 2007 'ਚ ਤੁਸੀਂ ਇਹੀ ਕੁਛ ਸਰਸੇ ਵਾਲੇ ਸਾਧ ਦੇ ਖਿਲਾਫ ਕੀਤਾ ਕਿ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। 295 ਦਾ ਪਰਚਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੁਸ਼ਾਕ ਪਾ ਕੇ ਸਾਂਗ ਕਰਨ ਦਾ, 30 ਜਨਵਰੀ 2012 ਨੂੰ ਵਾਪਸ ਕੀ ਨੇ ਲਿਆ, ਉਹਨਾਂ 'ਤੇ ਕੀ ਐਕਸ਼ਨ ਕੀਤਾ ਤੁਸੀਂ? ਕੀ ਤੁਸੀਂ ਇਸ ਪਦਵੀ ਨੂੰ ਉਸ ਮਰਿਆਦਾ ਨਾਲ ਨਿਭਾ ਰਹੇ ਹੋ ਜਿਹੜੀ ਨਾਲ ਨਿਭਣੀ ਚਾਹੀਦੀ ਹੈ? ਸਾਡੀਆਂ ਸੰਸਥਾਵਾਂ, ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ, ਸਾਬਕਾ ਜਥੇਦਾਰ ਸਾਹਿਬ ਅਤੇ ਅੱਜ ਕੱਲ੍ਹ ਦਮਦਮਾ ਸਾਹਿਬ ਦੇ, ਕਿ ਸਿੱਖ ਸੰਸਥਾਵਾਂ ਕਮਜ਼ੋਰ ਕਰਤੀਆਂ ਕਮਜ਼ੋਰ, ਅਤੇ ਫਿਰ ਕਦੇ ਇਹ ਵੀ ਦੱਸ ਦਿਓ ਕਮਜ਼ੋਰ ਕੀਤੀਆਂ ਕਿਹਨੇ ਨੇ? ਤੁਸੀਂ ਆਹ ਗੱਲ ਤਾਂ ਕਹਿਤੀ, ਅਸੀਂ ਵੀ ਸਹਿਮਤ ਹਾਂ ਤੁਹਾਡੇ ਨਾਲ ਵੀ ਤੁਸੀਂ ਇਹੀ ਗੱਲ ਕਹਿ ਰਹੇ ਹੋ ਕਿ ਜਦੋਂ ਇਨਸਾਫ਼ ਨਹੀਂ ਮਿਲਦਾ ਉੱਥੋਂ ਤੱਕ ਜਾਂਦਾ ਹੈ, ਅਤੇ ਪਰ ਜਦੋਂ ਤੁਸੀਂ ਜਾਂ ਤੁਹਾਡੇ ਵਰਗੇ ਜਥੇਦਾਰ ਸਾਹਿਬਾਨ, ਅਸੀਂ ਬਹੁਤ ਸਤਿਕਾਰ ਨਾਲ ਕਹਿੰਦੇ ਹਾਂ ਕਿ ਸਰਕਾਰੀ ਘਰਾਂ 'ਚ ਜਾ ਕੇ ਹੁਕਮਨਾਮੇ ਲਾਓ, 92 ਲੱਖ ਗੁਰੂ ਦੇ ਉਹ ਹੁਕਮਨਾਮੇ ਲਾਗੂ ਕਰਾਉਣ 'ਤੇ ਗੋਲਕ ਦੇ ਖਰਚ ਦਿਓ, ਉਦੋਂ ਨੂੰ ਪਤਾ ਲੱਗਿਆ ਕਿਉਂ ਇਹ ਵਾਰ ਵਾਰ ਵਾਪਰਦਾ? ਮੈਂ ਠੀਕ ਕਹਿ ਰਿਹਾ, ਗਿਆਨੀ ਹਰਪ੍ਰੀਤ ਸਿੰਘ ਨੇ ਠੀਕ ਕਿਹਾ ਕਿ ਸੰਸਥਾਵਾਂ ਕਮਜ਼ੋਰ ਹੋਈਆਂ ਨੇ, ਪਰ ਕਮਜ਼ੋਰ ਹੋਈਆਂ ਕਿਉਂ ਨੇ? ਕਦੇ ਸਿਰ ਜੁੜ ਕੇ ਉਹਦੇ 'ਤੇ ਗੱਲ ਕੀਤੀ ਹੈ? ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਨਾਲ ਤਿਆਗ ਦਿਓ, ਲੋਕਾਂ ਨੇ ਤਿਆਗ ਤਾ ਅਤੇ ਤੁਸੀਂ ਜਾ ਕੇ ਸਰਸੇ ਵਾਲੇ ਦਾ ਹੁਕਮਨਾਮਾ ਵਾਪਸ ਲੈ ਕੇ ਫਿਰ ਜੋੜਤਾ। ਜਦੋਂ ਸੰਗਤ ਨੇ ਵਿਰੋਧ ਕੀਤਾ ਤਾਂ ਫਿਰ ਉਹ ਵਾਪਸ ਲੈਣਾ ਪਿਆ। ਸੋ ਸੰਸਥਾਵਾਂ ਬਾਰੇ ਜਿਹੜੀਆਂ ਤੁਹਾਡੀਆਂ ਭੂਮਿਕਾਵਾਂ ਸੀ, ਤੁਹਾਡੇ ਵਰਗੇ ਜਥੇਦਾਰ ਸਾਹਿਬਾਨ ਦੀਆਂ ਭੂਮਿਕਾਵਾਂ ਸੀ, ਵਿਚਾਰ ਉਹਦਾ ਵੀ ਕਰੋ ਜੀ, ਤਾਂ ਕਿ ਉਹਦੇ ਪਾਸੇ ਜਾ ਕੇ ਇਹ ਅਸੀਂ ਕਹਿੰਦੇ ਹਾਂ ਇਹ ਤਾਂ ਸਖ਼ਤ ਕਾਨੂੰਨ ਬਣਨਾ ਚਾਹੀਦਾ ਅਤੇ ਇਹਨਾਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ, ਪਰ ਥਾਂ ਥਾਂ 'ਤੇ ਮਾਰੇ ਨਹੀਂ ਜਾਣੇ ਚਾਹੀਦੇ। ਤੈਅ 'ਤੇ ਜਾਓ ਇਹਦੇ ਪਿੱਛੇ ਕੌਣ ਹੈ ਜੀ, ਕੋਈ ਨਾ ਕੋਈ ਸ਼ਕਤੀ ਇਹਦੇ ਪਿੱਛੇ ਹੈ ਜਿਹੜੀ ਇਸ ਤਰ੍ਹਾਂ ਦੇ ਪੁਆੜੇ ਪਾ ਰਹੀ ਹੈ ਜੀ। ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ, ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ, ਪੱਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿਨੂੰ ਝੋਬ ਮਾਰੀ, ਵੋਟਰਾਂ ਨੇ ਮਤਦਾਨ ਦੀ ਖਿੱਚੀ ਤਿਆਰੀ, ਵੋਟਿੰਗ ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ। ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਈਏ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ,
ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੁੱਲਾਂਗੇ ਅੰਦਰੂਨੀ ਰਾਜ਼। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।